ਨਮਸਕਾਰ ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਰਜਿੰਦਰ ਕੌਰ ਸੈਣੀ ਪਾਲਾਪੇਸ਼ ਨੇ ਚੋਣਮੀਆਂ ਖਬਰਾਂ ਭਾਰਤ ਵਿੱਚ ਲਗਾਤਾਰ 21ਵੇਂ ਦਿਨ ਕਰੋਨਾ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਵਧ ਤਰਜ ਕੀਤੀ ਗਈ ਬੀਤੇ ਦਿਨ 1,34,154 ਨਵੇਂ ਕਰੋਨਾ ਮਾਮਲੇ ਦਰਜ ਹੋਏ ਕਰੋਨਾ ਤੋਂ ਠੀਕ ਹੋਣ ਦੀ ਦਰ 92.79% ਹੋਈ ਕੇਂਦਰੀ ਸਿਹਤ ਮੰਤਰਾਲਾ ਵੱਲੋਂ ਹైదరాబాద్ ਸਥਿਤ ਟੀਕਾ ਨਿਰਮਾਤਾ ਬਾਇਓਲੋਜੀਕਲ ਇਨਾਲ ਕੋਵਿਡ-19 ਟੀਕੇ ਦੀਆਂ 30 ਕਰੋੜ ਖੁਰਾਕਾਂ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਕਪੂਰਥਲਾ ਜ਼ਿਲ੍ਹੇ ਦੇ ਆਈਸੋਲੇਸ਼ਨ ਸੈਂਟਰ ਵਿਖੇ 1000 ਆਪੀਐਮ ਸਮਰੱਥਾ ਵਾਲਾ ਆਕਸੀਜਨ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ। कोविड-19 महामारी दौरान गरीबों दी सहायता ਲਈ রূপનગર జిల్లా پولیس ਨੇ پولیس لائن्स ਵਿਖੇ ਇੱਕ ਦਵਾਈ ਬੈਂਕ ਸਥਾਪਿਤ ਕੀਤਾ ਇਸ ਦੇ ਨਾਲ ਹੀ ਮੋਬਾਈਲ ਮੈਡੀਸਨ ਫੈਨ ਦੀ ਸ਼ੁਰੂਆਤ ਵੀ ਕੀਤੀ ਗਈ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਵਿੱਚ ਪੰਦੇ ਰਸੂਲਪੁਰ ਖਾਂ ਪਿੰਡ ਦੇ ਤਲਾਬ ਵਿੱਚ 5 ਨਵਾਲਗ ਬੱਚਿਆਂ ਦੇ ਡੁੱਬਣ ਕਾਰਨ ਮੌਤ ਮੌਜੂਦਾ ਮੰਡੀਕਰਨ ਸੀਜ਼ਨ ਦੌਰਾਨ ਦੇਸ਼ ਵਿੱਚ ਹੁਣ ਤੱਕ 409 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਫਤੇਗੜ ਸਾਹਿਬ ਜ਼ਿਲ੍ਹੇ ਦੇ ਕਿਸਾਨਾਂ ਨੇ ਸਿੱਧਾ ਲਾਭ ਤਬਾਦਲਾ ਰਾਹੀ ਅਦਾਇਗੀ ਦੀ ਰਕਮ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਤੇ ਖੁਸ਼ੀ ਜ਼ਾਹਰ ਕੀਤੀ ਆਮ ਆਦਮੀ ਪਾਰਟੀ ਦੇ ਸਾਥਕਾਂ ਅਗੂ ਅਤੇ ਮੌਜੂਦਾ ਵਿਧਾਨਕਾਰ ਸੁਖਪਾਲ ਖੈਰਾ ਸਮੇਤ ਆਪ ਦੇ ਦੋ ਹੋਰ ਵਿਧਾਨਕਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਤੇ ਦੱਖਣ ਪੱਛਮ ਮੌਨਸੂਨ ਕੇਰਲ ਵਿੱਚ ਪਹੁੰਚਿਆ ਇਹਨ ਖਬਰਾਂ ਵਿਸਥਾਰ ਨਾਲ ਭਾਰਤ ਵਿੱਚ ਪਿਛਲੇ 21 ਦਿਨਾਂ ਤੋਂ ਲਗਾਤਾਰ ਕੋਵਿਡ ਤੋਂ ਠੀਕ ਹੋਣ ਵਾਲੇ ਮਾਮਲੇ ਤਾਜ਼ਾ ਮਾਮਲਿਆਂ ਨਾਲ ਵਾਧ ਦਰਜ ਕੀਤੇ ਜਾ ਰਹੇ ਨੇ ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 211499 ਵਿਅਕਤੀਆਂ ਨੇ ਕਰੋਨਾ ਲਾਗ ਤੋਂ ਮੁਕਤੀ ਹਾਸਲ ਕੀਤੀ ਜਿਸ ਨਾਲ ਦੇਸ਼ ਵਿੱਚ ਹੋਂਤਕ ਸੇਤਿਆਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2 ਕਰੋੜ 63 ਲੱਖ 90 ਹਜ਼ਾਰ 584 ਹੋ ਗਈ ਹੈ। ਕਰੋਨਾ ਤੋਂ ਠੀਕ ਹੋਣ ਦੀ ਸੰਖਿਆ ਵਿੱਚ ਲਗਾਤਾਰ ਵਾਧੇ ਮਗਰੋਂ ਸੇਤਿਆਬ ਹੋਣ ਦੀ ਦਰ ਵੱਧ ਕੇ 92.79 ਫੀਸਦੀ ਤੇ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 134154 ਨਵੇਂ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕਰੋਨਾ ਦੀ ਪੋਜ਼ਿਟਿਵ ਵਾਲੇ ਕੁੱਲ ਮਾਮਲਿਆਂ ਦੀ ਸੰਖਿਆ 2 ਕਰੋੜ 84 ਲੱਖ 41999 ਹੋ ਗਈ ਹੈ। ਬੀਤੇ ਦਿਨ ਕੋਵਿਡ-19 ਨਾਲ ਦੇਸ਼ ਵਿੱਚ 2887 ਮੌਤਾਂ ਹੋਈਆਂ ਜਿਸ ਨਾਲ ਇਸ ਮਹਾਮਾਰੀ ਦੇ ਚੱਲਦਿਆਂ કુલ ਮੌਤਾਂ ਦੀ ਗਿਣਤੀ 337999 ਹੋ ਗਈ ਹੈ ਅੰਕੜਿਆਂ ਮੁਤਾਬਕ ਮੌਜੂਦਾ ਐਕਟਿਵ ਮਾਮਲਿਆਂ ਵਿੱਚ 80232 ਤੋਂ ਵੱਧ ਗਰਾਵਟ ਦਰਜ ਕੀਤੀ ਗਈ ਹੈ ਇਸ ਸਮੇਂ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 17 ਲੱਖ 13413 ਰਹਿ ਗਈ ਹੈ ਟੀਕਾ ਕਰਨ ਦੀ ਗੱਲ ਕਰੀਏ ਤਾਂ ਇਸ ਸਾਲ 16 ਜਨਵਰੀ ਤੋਂ ਸ਼ੁਰੂ ਹੋਈ ਕੌਮੀ ਵੈਕਸੀਨੇਸ਼ਨ ਮੁਹਿੰਮ ਤੈਤ ਕੁੱਲ 22 ਕਰੋੜ 10 ਲੱਖ 463693 ਲਾਪਾਤਰੀਆਂ ਨੂੰ ਟੀਕੇ ਲਗਾਏ ਜਾ ਚੁੱਕੇ ਨੇ ਬੀਤੇ 24 ਘੰਟਿਆਂ ਦੌਰਾਨ 24 ਲੱਖ 26265 ਲੋਕਾਂ ਨੂੰ ਕਰੋਨਾ ਟੀਕੇ ਲਗਾਏ ਗਏ ਕੇਂਦਰੀ ਸਿਹਤ ਮੰਤਰਾਲੇ ਨੇ ਹైదరాబాద్ ਸਥਿਤ ਟਿਕਾ ਨਿਰਮਾਤਾ ਬਾਇਓਲੋਜੀਕਲ E ਨਾਲ ਕੋਵਿਡ-19 ਟੀਕੇ ਦੀਆਂ 30 ਕਰੋੜ ਖੁਰਾਕਾਂ ਲਈ ਪ੍ਰਵੰਧਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਟੀਕੇ ਦੀਆਂ ਇਹਨਾਂ ਖੁਰਾਕਾਂ ਦਾ ਨਿਰਮਾਣ ਬਾਇਓਲੋਜੀਕਲ E ਵੱਲੋਂ ਅਗਸਤ ਤੋਂ ਦਸੰਬਰ 2021 ਤੱਕ ਕੀਤਾ ਜਾਏਗਾ ਇਸ ਉਦੇਸ਼ ਲਈ ਕੇਂਦਰੀ ਸਿਹਤ ਮੰਤਰਾਲਾ ਬਾਇਓਲੋਜੀਕਲ E ਨੂੰ 1500 ਕਰੋੜ ਰੁਪਏ ਦੀ ਐਡਵਾਂਸ ਅਦਾਇਗੀ ਕਰੇਗਾ ਬਾਇਓਲੋਜੀਕਲ E ਦਾ ਕੋਵਿਡ-19 ਟੀਕਾ ਇਸ ਸਮੇਂ ਫੇਜ਼ 1 ਅਤੇ 2 ਦੇ ਕਲੀਨਿਕਲ ਪ੍ਰੀਖਣਾਂ ਦੇ ਅਧਾਰਤ ਨਤੀਜੇ ਦਿਖਾਉਣ ਤੋਂ ਬਾਅਦ ਫੇਸ ਦੇ ਅਧੀਨ ਕਲੀਨਿਕਲ ਪ੍ਰੀਖਣ ਅਧੀਨ ਹੈ ਬਾਇਓਲੋਜੀਕਲੀ ਵਿਕਸਿਤ ਕੀਤਾ ਜਾ ਰਿਹਾ ਟੀਕਾ ਇੱਕ ਆਰਬੀਡੀ ਪ੍ਰੋਟੀਨ ਸਬਯੂਨਿਟ ਟੀਕਾ ਹੈ ਅਤੇ ਇਸ ਦੇ ਅਗਲੇ ਕੁਝ ਮਹੀਨਿਆਂ ਵਿੱਚ ਉਪਲਬਧ ਹੋਣ ਦੀ ਸੰਭਾਵਨਾ ਹੈ ਬਾਇਓਲੋਜੀਕਲ ਈ ਦੇ ਪ੍ਰਸਤਾਵ ਦੀ ਜਾਂਚ ਕੀਤੀ ਗਈ ਸੀ ਅਤੇ ਕੋਵਿਡ-19 ਲਈ ਟੀਕਾ ਪ੍ਰਸ਼ਾਸਨ ਤੇ ਰਾਸ਼ਟਰੀ ਮਾਹਿਰ ਸਮੂਹ ਵੱਲੋਂ ਇਸ ਦੀ ਮੁਕੰਮਲ ਜਾਂਚ ਤੋਂ ਬਾਅਦ ਮਨਜ਼ੂਰੀ ਲਈ ਸਿਫਾਰਸ਼ ਕੀਤੀ ਗਈ। ਬਾਇਓਲੋਜੀਕਲ ਈ ਨਾਲ ਕੀਤੀ ਗਈ ਵਿਵਸਥਾ ਭਾਰਤ ਸਰਕਾਰ ਦੇ ਵਿਆਪਕ ਟੀਕਾ ਨਿਰਮਾਤਾਵਾਂ ਨੂੰ ਖੋਜ ਅਤੇ ਵਿਕਾਸ ਵਿੱਚ ਸਹਾਇਤਾ ਅਤੇ ਵਿੱਤੀ ਸਹਾਇਤਾ ਦੇ ਕੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਵਿਆਪਕ ਯਤਨ ਦਾ ਹਿੱਸਾ ਹੈ। ਬਾਇਓਲੋਜੀਕਲ ਈ ਕੋਵਿਡ ਟੀਕਾ ਕੈਂਡੀਡੇਟ ਨੂੰ ਭਾਰਤ ਸਰਕਾਰ ਵੱਲੋਂ ਪ੍ਰੀ-ਕਲੀਨਿਕਲ ਪੜਾਅ ਤੋਂ ਲੈ ਕੇ ਫੇਜ਼ 3 ਅਧਿਐਨਾਂ ਤੱਕ ਸਮਰਥਨ ਪ੍ਰਾਪਤ ਹੈ। बायोटैक्नोलॉजी विभाग ने ना सिर्फ सौ करोड़ रुपए की ग्रांट इन एड के रूप में वित्तीय सहायता प्रदान की थी है बल्कि इसने अपने खोज संस्थान अनुवादक सेहत विज्ञान टेक्नोलॉजी संस्था टी एच एस टी आई फरीदाबाद राही सारिया पशु चुनौती परीक्षण अध्यना के संचालन बायोलॉजिकल ई नाईवाली की भारत सरकार के मिशन कोविड सुरक्षा भारत के कोविड नाइनटीन टीका विकास मिशन के हिस्से वजों शुरू किया गया है जो आत्म निर्भर तीन के तीजे उत्साही पैकेज के हिस्से ਵਜੋਂ ਕੋਵਿਡ-19 ਦੇ ਟੀਕੇ ਦੇ ਵਿਕਾਸ ਤੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਗਤੀ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਭਾਵੇਂ ਦੇਸ਼ ਵਿੱਚ ਕਰੋਨਾ ਮਾਮਲਿਆਂ ਦੀ ਗਿਣਤੀ ਵਿੱਚ ਕਾਫੀ ਕਮੀ ਦਰਜ ਕੀਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਕਰੋਨਾ ਵਿਰੁੱਧ جنگ ਲਈ ਮੁੱਢ ਢਾਂਚਾ ਸਥਾਪਿਤ ਕਰਨ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਸੂਬੇ ਵਿੱਚ ਆਕਸੀਜਨ ਪਲਾਂਟ ਸਥਾਪਿਤ ਕੀਤੇ ਜਾ ਰਹੇ ਨੇ ਇਸੇ ਯਤਨ ਤਹਿਤ ਇਸ ਸਮੇਂ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ ਵਿਖੇ ਹਾਈਵੇ ਥਾਰਟੀ ਆਫ ਇੰਡੀਆ ਵੱਲੋਂ 1000 ਲੀਪੀਐਮ ਸਮਰੱਥਾ ਵਾਲਾ ਆਕਸੀਜਨ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ ਕਪੂਰਥਲਾ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਕਪੂਰਥਲਾ ਆਈਸੋਲੇਸ਼ਨ ਵਾਰਡ ਤੇ ਨੀਲੇ ਹਸਪਤਾਲਾਂ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਰਹੇਗੀ ਉਹਨਾਂ ਦੱਸਿਆ ਕਿ ਇਹ ਪਲਾਂਟ ਪ੍ਰਤੀ ਮਿੰਟ 1000 ਲੀਟਰ ਤਲ ਮੈਡੀਕਲ ਆਕਸੀਜਨ ਪੈਦਾ ਕਰੇਗਾ ਮੈਂ ਡਾਕਟਰ ਪ੍ਰਮਿੰਦਰ ਕੌਰ ਸਿਵਲ ਸਰਜਨ ਕਪੂਥਲਾ ਕਹਿਣਾ ਚਾਹ ਰਹੀ ਹਾਂ ਦ੍ਰਿਸ਼ਟੀ ਕਪੂਥਲਾ ਦੇ ਵਿੱਚ ਸਰਕਾਰ ਦੇ ਉਪਰਾਲੇ ਨਾਲ ਡਾਕਟਰ ਦਾ ਪਲਾਂਟ ਚਾਲੂ ਹੋਣ ਜਾ ਰਿਹਾ ਹੈ ਇਹ 15-20 ਦਿਨਾਂ ਦੇ ਵਿੱਚ ਕੰਪਲੀਟ ਹੋ ਜਾਏਗਾ ਜਿਸ ਦੇ ਨਾਲ ਆਮ ਪਬਲਿਕ ਨੂੰ ਬੜੀ ਸਹੂਲਤ ਮਿਲਿਆ ਹੋ ਜਾਏਗੀ ਜਿਹੜੇ ਕਿ ਅਸੀਂ ਆਕਸੀਜਨ ਲੋ ਕਰ ਰਹੇ ਹਾਂ ਵੀ ਕਮੀ ਪੇਸ਼ੀ ਆ ਰਹੀ ਹੈ ਇਹਦਾ ਕਮੀ ਨਹੀਂ ਹੋਏਗੀ ਆਪਣੇ ਰੀਹੈਬ ਸੈਂਟਰ ਕੋਵਿਡ-19 ਮਹਾਮਾਰੀ ਦੌਰਾਨ ਗਰੀਬਾਂ ਦੀ ਸਹਾਇਤਾ ਲਈ ਰੂਪਨਗਰ ਜ਼ਿਲ੍ਹਾ ਪੁਲਿਸ ਨੇ ਪੁਲਿਸ ਲਾਈਨਸ ਵਿਖੇ ਇੱਕ ਦਵਾਈ ਬੈਂਕ ਸਥਾਪਿਤ ਕੀਤਾ ਹੈ। ਇਸ ਦੇ ਨਾਲ ਨਾਲ ਮੋਬਾਈਲ ਮੈਡੀਸਨ ਵੈਨ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਮੋਬਾਈਲ ਮੈਡੀਸਨ ਵੈਨ ਵਿੱਚ ਆਮ ਵਰਤੋਂ ਵਾਲੀਆਂ ਦਵਾਈਆਂ ਮੌਜੂਦ ਨੇ ਅਤੇ ਰੂਪਨਗਰ ਪੁਲਿਸ ਪਿੰਡਾਂ ਤੇ ਸ਼ਹਿਰਾਂ ਵਿੱਚ ਵਕ-ਵਕ ਥਾਮਾਤੇ ਜਾ ਕੇ ਲੋੜਵੰਦਾਂ ਨੂੰ ਇਹ ਦਵਾਈਆਂ ਵੰਡੇਗੀ ਇਸ ਮੋਬਾਈਲ ਮੈਡੀਸਨ ਵੈਨ ਨੂੰ ਰੂਪਨਗਰ ਦੇ ਐਸਐਸਪੀ ਦਫ਼ਤਰ ਤੋਂ ਐਸਐਸਪੀ ਡਾਕਟਰ ਅਖਿਲ ਚੌਧਰੀ ਵੱਲੋਂ ਡਾਕਟਰਾਂ ਦੀ ਮੌਜੂਦਗੀ ਵਿੱਚ ਰਵਾਨਾ ਕੀਤਾ ਗਿਆ ਇਸ ਮੌਕੇ ਐਸਐਸਪੀ ਅਖਿਲ ਚੌਧਰੀ ਨੇ ਕਿਹਾ ਕਿ ਲੋਕ ਦਵਾਈ ਬੈਂਕ ਨੂੰ ਦਵਾਈਆਂ ਦਾਨ ਕਰ ਸਕਦੇ ਨੇ ਜੋ ਲੋੜਵੰਦਾਂ ਤੇ ਗਰੀਬਾਂ ਨੂੰ ਰੂਪਨਗਰ ਪੁਲਿਸ ਵੱਲੋਂ ਵੰਡੀਆਂ ਜਾਣਗੀਆਂ ਹੁਣ ਦੱਸਿਆ ਕਿ ਦਵਾਈ ਬੈਂਕ ਵਿੱਚ ਪੈਰਾਸੀਟਾਮੋਲ ਮਲਟੀਵਿਟਾਮਿਨ ਐਂਟੀ ਅਲਰਜੀ ਜ਼ੁਕਾਮ ਤੇ ਖੰਗ ਦੀਆਂ ਦਵਾਈਆਂ ਫਰਸਟ ایڈ ਸਮਗਰੀ ਅਤੇ ਪਟੀਆਂ ਸਮੇਤ ਹੋਰ ਦਵਾਈਆਂ ਵੀ ਮੌਜੂਦ ਨੇ ਅਤੇ ਕੋਈ ਵੀ ਵਿਅਕਤੀ ਇਹ ਦਵਾਈਆਂ ਮੁਫਤ ਪ੍ਰਾਪਤ ਕਰ ਸਕਦਾ ਹੈ। ਇਸ ਦਵਾਈ ਬੈਂਕ ਵਿੱਚ ਇੱਕ ਫਾਰਮਾਸਿਸਟ ਨੂੰ ਕੰਮ ਦੀ ਨਿਗਰਾਨੀ ਲਈ ਵਿਸ਼ੇਸ਼ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਮੋਬਾਈਲ ਮੈਡੀਸਨ ਵੈਨ ਹਫਤੇ ਦੇ 3 ਦਿਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋੜਵੰਦਾਂ ਨੂੰ ਦਵਾਈ ਵੰਡੇਗੀ। ਪਿਛਲੇ ਕਾਫੀ ਸਮੇਂ ਤੋਂ ਕੋਵਿਡ ਦੇ ਸੰਘਰਸ਼ ਕਰਦੇ ਆਗੇ। ਰੋਪੜ ਪੁਲਿਸ ਵੱਲੋਂ ਇਹ ਵਿਚਾਰ ਕਰਕੇ ਇਨੀਸ਼ੀਏਟਿਵ ਲਿੱਤਾ ਗਿਆ ਕਿ ਇਸ ਔਖੇ ਸਮੇਂ ਤੇ ਕੋਈ ਜ਼ਰੂਰਤਮੰਦ ਵਿਅਕਤੀ ਨੂੰ ਕਿਸੇ ਨੂੰ ਵੀ ਪਿੰਡ ਲੈਵਲ ਤੇ ਸ਼ਹਿਰ ਤੇ ਕੋਈ ਵੀ ਮੈਡੀਸਿਨ ਦੀ ਜੋ ਬੇਸਿਕ ਮੈਡੀਸਿਨਸ ਹੈ ਖਾਸ ਕਰ ਜੋ ਬੁਖਾਰ ਦੇ ਲਈ ਹੈ ਪੈਰਾਸੀਟਾਮੋਲ ਹੈ মালਟੀਵਿਟਾਮਿਨ ਹੈ ਨਿਊਟ੍ਰੀਸ਼ਨਲੀ ਕੋਈ ਹੈਗੀ ਹੈ ਮੈਡੀਸਿਨਸ ਉਹ ਇਸ ਪਲੇਟਫਾਰਮ ਦੇ ਰਾਹੀਂ ਜੋ ਮੋਬਾਈਲ ਮੈਡੀਕਲ ਬੈਂਕ ਬਣਾਇਆ ਹੈ ਇਸ ਦੇ ਰਾਹੀਂ ਅਸੀਂ ਲੋਕਾਂ ਨੂੰ ਪਹੁੰਚਾਣ ਦੀ ਇੱਕ ਇਨੀਸ਼ੀਏਟਿਵ ਲੇਤਾ ਹੈ ਇਸ ਚ ਜੋ ਵੀ ਕੋਈ ਵਿਲਿੰਗ ਹੈ ਡੋਨੇਟ ਕਰਨਾ ਚਾਹੁੰਦਾ ਹੈ ਮੈਡੀਸਿਨ ਡਾਇਰੈਕਟ ਡੋਨੇਟ ਕਰ ਸਕਦਾ ਹੈ ਪਲੱਸ ਕੁਝ ਇਨੀਸ਼ੀਅਲੀ ਪੁਲਿਸ ਦੇ ਵੱਲੋਂ ਵੀ ਇੱਕ ਕੋਰਪਸ ਬਣਾ ਕੇ ਮੈਡੀਸਿਨਸ ਇਸ ਚ ਰੱਖੀਆਂ ਗਈਆਂ ਤੋਂ ਪ੍ਰਾਇਮਰਲੀ ਹਫਤੇ ਚ 3 ਦਿਨ ਸ਼ੁਰੂਆਤੇ ਇਹ ਮੋਬਾਈਲ ਮੈਡੀਸਿਨ ਬੈਂਕ ਜੋ ਹੈ ਪਿੰਡਾਂ ਤੇ ਏਰੀਆ ਚ ਜਾ ਕੇ ਜ਼ਰੂਰਤਮੰਦੀ ਹੈਲਪ ਕਰੋਗੇ ਤੋਂ ਬਿਲਕੁਲ ਫੂਲ ਪ੍ਰੂਫ ਸਿਸਟਮ ਇਸ ਤਰ੍ਹਾਂ ਰੱਖਿਆ ਹੈ ਕਿ ਸਪੈਸ਼ਲਿਸਟ ਡਾਕਟਰ ਸਾਹਿਬ ਹੈਗੇ ਪੁਲਿਸ ਲਾਈਨ ਦੇ ਉਨਾਦੀ ਸੁਪਰਵੀਜ਼ਨ ਤੇ ਡਾਇਰੈਕਟ ਸੁਪਰਵੀਜ਼ਨ ਤੇ ਤੇ ਫਾਰਮੈਸਿਸਟ ਮੈਡਮ ਹੈਗੇ ਜੋ ਸਪੋਰਟ ਸਟਾਫ ਹੈਗਾ कोरोना महामारी ਦੇ ਸੰਕਟ ਦੇ ਮੱਦੇਨਜ਼ਰ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ CBSE ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮਰਦ ਕਰਨ ਦਾ ਐਲਾਨ ਕੀਤਾ ਗਿਆ ਸੀ ਪੰਜਾਬ ਦੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਪ੍ਰਸਾਰ ਭਾਰਤੀ ਦੇ ਜਲੰਧਰ ਸਥਿਤ ਨੁਮਾਇੰਦੇ ਨਾਲ ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਤੇ ਮਾਪਿਆਂ ਨੇ ਕਿਹਾ ਕਿ ਇਹ ਉਹਨਾਂ ਵਾਸਤੇ ਇੱਕ ਵੱਡਾ ਰਾਹਤ ਵਾਲਾ ਫੈਸਲਾ ਹੈ ਉਹਨਾਂ ਨੇ ਕਿਹਾ ਕਿ ਇਸ ਨਾਲ ਪੇਪਰਾਂ ਨੂੰ ਲੈ ਕੇ ਜਿੱਥੇ ਅਨਿਸ਼ਚਿਤਤਾ ਖਤਮ ਹੋਈਏ ਉੱਥੇ ਉਹ ਤਣਾਅ ਮੁਕਤ ਵੀ ਹੋਏ ਨੇ एंड मैं प्लस टू कॉमर्स की स्टूडेंट थी एंड आई थिंक ये जो उन्होंने डिसीज़न लिया है बहुत ही प्रैक्टिकल डिसीज़न है क्योंकि सब बच्चों की लाइफ स्टेक पे थी क्योंकि वी नो कि कोरोना दिन प्रतिदिन बड़ी जा रहा है एंड इसका अभी तक कोई प्रॉपर सोल्यूशन भी नहीं है पूरा प्रॉपर ट्रीटमेंट भी नहीं है और वैक्सीन भी प्रॉपरली अवेलेबल नहीं है हर किसी को तो आई थिंक दिस इज़ अ वेरी गुड डिसीजन एंड मोर ओवर अब हम अपने फ्यूचर के बारे में सोच सकते हैं कि हमें क्या करना है क्योंकि हम बीच में लटके हुए थे कि हम ट्वेल्थ पढ़ें कि हम आगे सोचें हमें क्या करना है सो नाउ वी हैव अ वे वी हैव अ पाथ एंड वी कैन डिसाइड वेर वी वॉन्ट टू गो अड एंड लीड लीडा लाइफ्स मेरा नाम श्रुति प्रभाकर है मैं क्लास प्लस टू जी में पढ़ती थी और लाइक like, इस टाइम में हम काफ़ी ज़्यादा प्रेशराइज फील कर रहे थे मतलब लाइक नाइट्स में ऐसे होता था कि क्या करें मतलब पढ़ें ना पढ़ें अगर पढ़ना है तो मतलब लाइक फुल ऑन पढ़ें अगर पेपर कैंसिल हो गए तो ये सारी मेहनत कहाँ जाएगी अब काफ़ी ज़्यादा रिलीफ फील कर रहा है लाइक पूरी नाइट में को नींद नहीं आई पूरी हाइप में थी मैं कि लाइक फाइनली मतलब हमारे एग्ज़ाम्स कैंसिल हो गए पर अब इस चीज़ का हमें थोड़ी टेंशन है कि अब रिज़ल्ट कैसे निकालेंगे हमारा किस बेसिस पर मेरा नाम ईशान मैं प्लस टू कॉमर्स में था जो इन्होंने डिसीजन लिया बिल्कुल बहुत सही दिया है क्योंकि हमें काफ़ी समय हो गया था प्लस टू पर क्लास में और हम जैसे हमने फॉरेन जाना है और हमें स्टक थे बीच में अब हम आइलेट्स कर पा रहे हैं इस कारण और हमें मतलब काफ़ी देर हो गई थी तो इसलिए हम आगे अपना फोकस भी कर पाए बिल्कुल सही लिया गया क्योंकि काफ़ी केसेस थे इसलिए बच्चों की सेहत के साथ भी बहुत नुकसान हो सकता था उनके कारण उनकी फैमिली को भी नुकसान हो सकता है मेरा नाम तनिष्ठा है और मैं ट्वेल्थ मेडिकल में हूँ मैं काफ़ी ज़्यादा पिछले दिनों में बहुत ज़्यादा टेंसड हो गई थी कि आगे मेरे फ्यूचर का क्या बनेगा एग्ज़ाम्स होंगे या नहीं होंगे ऑनलाइन होंगे ऑफलाइन होंगे पता नहीं क्या होगा और अब जब पता चल रहा है कि एग्ज़ाम्स हमारे कैंसिल हो गए हैं तो काफ़ी रिलीफ फील हो रहा है नॉट गोइंग टू लाए बट एक और एक छोटी सी यू नो दिमाग में एक बात पिंच कर रही है कि अब हमारा रिजल्ट कैसा आएगा क्योंकि ये रिजल्ट हमारा आगे फ्यूचर डिसाइड करता है इस पॉइंट ऑफ व्यू से कि हेल्थ के हिसाब से ये डिसीजन बहुत ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਪੈਂਦੇ ਰਸੂਲਪੁਰ ਖਾਂ ਪਿੰਡ ਦੇ ਤਲਾਬ ਵਿੱਚ ਪੰਜ ਨਵਾਲਕ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਗੋਂਡਾ ਵਿੱਚ ਦੱਸਿਆ ਕਿ ਇੱਕੋ ਪਰਿਵਾਰ ਦੇ 7 ਬੱਚੇ ਪਿੰਡ ਦੇ ਤਲਾਬ ਚੋਂ ਮਿੱਟੀ ਕੱਢਣ ਲਈ ਉੱਥੇ ਗਏ ਸਨ ਅਤੇ ਮਿੱਟੀ ਪੁੱਟਦੇ ਸਮੇਂ ਤਲਾਬ ਵਿੱਚ ਫਿਸਲ ਗਏ। ਇਹਨਾਂ ਵਿੱਚੋਂ 5 ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਉਹਨਾਂ ਦੱਸਿਆ ਕਿ 8 ਵਰਿਆਂ ਦੀ ਇੱਕ ਲੜਕੀ ਪਹਿਲਾਂ ਤਲਾਬ ਵਿੱਚ ਡਿਗੀ ਅਤੇ ਬਾਅਦ ਵਿੱਚ ਬਾਕੀ ਬੱਚਿਆਂ ਨੇ ਵੀ ਉਸਨੂੰ ਬਚਾਉਣ ਦੀ ਖਾਤਰ ਤਲਾਬ ਵਿੱਚ ਛਾਲ ਮਾਰ ਦਿੱਤੀ। ਰੋਲਾ ਸੁਣ ਕੇ ਨੇੜੇ ਮੌਜੂਦ ਪਿੰਡ ਦੇ ਲੋਕਾਂ ਨੇ ਬੱਚਿਆਂ ਨੂੰ ਤਲਾਬ ਵਿੱਚੋਂ ਕੱਢ ਮੌਤ ਹੋ ਗਈ ਸੀ ਬਚਾਏ ਗਏ ਦੋ ਬੱਚਾ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮਰਨ ਵਾਲੇ ਬੱਚਿਆਂ ਦੀ ਉਮਰ 8 ਤੋਂ 12 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਦਰਦਨਾਕ ਘਟਨਾ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਉਹਨਾਂ ਪ੍ਰਸ਼ਾਸਨ ਨੂੰ ਜ਼ਖਮੀ ਬੱਚਾ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਦੇਣ ਦੇ ਨਿਰਦੇਸ਼ ਦਿੱਤੇ ਨੇ हाड़ी के मौजूदा मंडीकरण सीजन दौरान कणक की खरीद का काम चोणवें सूबे केन्द्र शासित प्रदेशों निर्विघन जारी है हूं तक चार सौ नौ लख मीट्रिक टन तो वणक की खरीद की गई है पिछले साल इस अरसे दौरान तीन सौ त्रेहठ लाख मीट्रिक टन तो वनक की खरीद की गई सट्टो घट समर्थन मुल अनुसार अस्सी हज़ार नौ सौ छत्ती करोड़ के खरीद कारजा का तकरीबन चुताली लख बारह हज़ार किसान पहलों तो ही लाभ लै चुके कुछ एक सूबे की खरीद का काम भी जारी है हूं तक सत्त सौ छियानवे लख मीट्रिक टन तो ਝੋਨਾ ਖਰੀਦਿਆ ਜਾ ਚੁੱਕਾ ਹੈ ਪਿਛਲੇ ਸਾਲ ਇਸੇ ਅਸੇ ਦੌਰਾਨ 726 ਲੱਖ ਮੀਟਿਕ ਟਨ ਝੋਨਾ ਖਰੀਦਿਆ ਗਿਆ ਸੀ ਐਮਐਸਪੀ ਤਹਿਤ ਕੀਤੀ ਜਾ ਰਹੀ ਝੋਨੇ ਦੀ ਖਰੀਦ ਦਾ ਤਕਰੀਬਨ 118 ਲੱਖ ਤੋਂ ਵੱਧ ਕਿਸਾਨਾਂ ਨੇ ਲਾਹਾ ਲਿਆਏ ਕੋਵਿਡ-19 ਸੰਕਟ ਦੇ ਬਾਵਜੂਦ ਇਸ ਵਾਰ ਦੇਸ਼ ਵਿੱਚ ਮੌਜੂਦਾ ਮੰਡੀਕਰਨ ਸੀਜ਼ਨ ਦੌਰਾਨ ਕਣਕ ਦੀ ਰਿਕਾਰਡ ਖਰੀਦ ਹੋਈ ਹੈ ਹਾੜੀ ਦੀ ਇਸ ਫਸਲ ਦੀ ਖਰੀਦ ਵਿੱਚ ਇਸ ਵਾਰ ਖਾਸ ਗੱਲ ਇਹ ਰਹੀ ਕਿ ਕਿਸਾਨਾਂ ਨੂੰ ਐਮਐਸਪੀ ਤੇ ਉਹਨਾਂ ਦੀ ਜਨਸ ਦੀ ਖਰੀਦ ਮਗਰੋਂ ਅਦਾਇਗੀ ਦੀਆਂ ਰਕਮਾਂ ਸਿੱਧੀਆਂ ਉਹਨਾਂ ਦੇ ਖਾਤਿਆਂ ਵਿੱਚ ਭੇਜੀਆਂ ਗਈਆਂ। ਕੇਂਦਰ ਸਰਕਾਰ ਦਾ ਇਹ ਫੈਸਲਾ ਇਤਿਆਸਕ ਹੋਣੇ ਬੜਿਆ ਅਤੇ ਕਿਸਾਨਾਂ ਨੇ ਡੀਬੀਟੀ ਰਾਹੀਂ ਆਪਣੇ ਖਾਤਿਆਂ ਵਿੱਚ ਅਦਾਇਗੀ ਦੀਆਂ ਰਕਮਾਂ ਪ੍ਰਾਪਤ ਕਰਨ ਤੇ ਜਿੱਥੇ ਖੁਸ਼ੀ ਜ਼ਾਹਰ ਕੀਤੀ ਅਤੇ ਸਰਕਾਰ ਦਾ ਧੰਨਵਾਦ ਵੀ ਕੀਤਾ। ਫਤੇਗੜ ਸੈੱਬ ਸਥਿਤ ਪ੍ਰਸਾਰ ਪਾਰਟੀ ਦੇ ਨੁਮਾਇੰਦੇ ਨੇ ਜ਼ਿਲ੍ਹੇ ਦੇ ਮੰਡੀ ਗੋਵਿੰਦਗੜ੍ਹ ਦੇ ਕਿਸਾਨ ਸੁਖਜੀਤ ਸਿੰਘ ਅਤੇ ਪਿੰਡ ਕੁਮੰਡਗੜ੍ਹ ਦੇ ਕਿਸਾਨ ਚੈਲਦਾਰ ਸੁਖਵਿੰਦਰ ਸਿੰਘ ਨਾਲ ਇਸ ਬਾਰੇ ਗੱਲਬਾਤ ਕੀਤੀ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਧੇ ਆਪਣੇ ਖਾਤੇ ਵਿੱਚ ਪੈਸੇ ਪ੍ਰਾਪਤ ਕਰਕੇ ਬਹੁਤ ਫਾਇਦਾ ਹੋਇਆ ਹੈ ਮੈਂ ਗੋਵਿੰਦਗੜ੍ਹ ਤੋਂ ਸੁਖਜੀਤ ਸਿੰਘ ਜਿਹੜੇ ਕਣਕਾ ਮੰਡੀਆਂ 'ਚ ਸਰਕਾਰ ਨੇ ਖਰੀਦ ਕੀਤੀ ਹੈ ਕੇਂਦਰ ਸਰਕਾਰ ਨੇ ਸਾਡੇ ਸਿੱਧੇ ਖਾਤਿਆਂ 'ਚ ਪੈਸੇ ਆਏ ਨੇ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਸ ਕੇਂਦਰ ਸਰਕਾਰ ਦਾ ਤੇ ਸਾਨੂੰ ਇਸ ਵਿੱਚ ਕੋਈ ਦਿੱਕਤ ਨਹੀਂ ਆਈ ਮੈਂ ਜੀ ਜੈਲਦਾਰ ਸੁਖਵਿੰਦਰ ਸਿੰਘ ਇਹਨੂੰ ਮੇਰਾ ਘਮਟ ਗੜਾ ਜੀ ਜੋ ਸਰਕਾਰ ਨੇ ਇਹ ਖਾਤਿਆਂ 'ਚ ਪੈਸੇ ਪਾਉਣ ਦੀ ਜਿਹੜੀ ਮਹਿੰਮ ਚਲਾਈ ਆ ਇਹ ਬਹੁਤ ਵਧੀਆ ਜੀ ਸਾਨੂੰ ਪੇਮੈਂਟਾਂ ਹੋ ਗਈਆਂ ਜੀ ਬਾਕੀ ਮੰਡੀ 'ਚ ਜਿਹੜਾ ਕੋਈ ਹੈਰਾਨਗੀ ਨਹੀਂ ਹੋਈ ਅਸੀਂ ਕੇਂਦਰ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਨਾਲੀ ਖਬਰਾਂ ਦਾ ਬਲਟਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਧੰਨਵਾਦ